ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਇੱਕ ਵਾਰ ਫੇਰ ਤੋਂ ਨੋਮੀਨੇਸ਼ਨ ਭਰਨ ਤੋਂ ਬਾਅਦ ਵੀ ਬੀਡੀਪੀਓ ਦਫ਼ਤਰ ਦੇ ਵਿੱਚ ਗੋਲੀ ਚੱਲੀ ਹੈ। ਜੀ ਹਾਂ, ਦੱਸ ਦਈਏ ਕਿ ਇਹ ਗੋਲੀ ਦੋ ਸਿਆਸੀ ਦਲਾਂ ਦੇ ਵਿਚਕਾਰ ਚੱਲੀ ਦੱਸੀ ਜਾ ਰਹੀ ਹੈ। ਜਦ ਦੋਵੇਂ ਸਿਆਸੀ ਦਲਾਂ ਦੇ ਵਰਕਰ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਨੋਮੀਨੇਸ਼ਨ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਜਾਂਦੀ ਹੈ ਤੇ ਕਹਾਸੁਣੀ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਜਲਾਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਕਾਲੀ ਦਲ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਚਕਾਰ ਦੱਸਿਆ ਜਾ ਰਿਹਾ ਕਿ ਤਕਰਾਰ ਹੋਈ ਹੈ। ਦਰਅਸਲ ਨੋਮੀਨੇਸ਼ਨ ਨੂੰ ਲੈ ਕੇ ਜਦੋਂ ਇਹ ਮੌਕੇ ਦੇ ਉੱਤੇ ਪਹੁੰਚਦੇ ਨੇ ਬੀਡੀਪੀਓ ਦਫ਼ਤਰ ਦੇ ਵਿੱਚ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਵੀ ਜੋ ਵਰਕਰ ਸੀ, ਜੋ ਸਰਪੰਚ ਦਾ ਉਮੀਦਵਾਰ ਸੀ, ਉਹ ਪਹੁੰਚਿਆ ਹੋਇਆ ਹੁੰਦਾ ਤੇ ਦੂਜੇ ਪਾਸਿਓ ਅਕਾਲੀ ਦਲ ਦੇ ਆਗੂ ਵੀ ਪਹੁੰਚੇ ਹੁੰਦੇ ਨੇ। ਪਰ ਜਦੋਂ ਨੋਮੀਨੇਸ਼ਨ ਨੂੰ ਲੈ ਕੇ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਦੋਵਾਂ ਦੇ ਵਿਚਕਾਰ ਕਾਫੀ ਜ਼ਿਆਦਾ ਬਹਿਸ ਹੋ ਜਾਂਦੀ ਹੈ। ਬਹਿਸ ਤੋਂ ਬਾਅਦ ਅੰਦਰ ਤਾਂ ਮਾਮਲਾ ਕਿਸੇ ਤਰੀਕੇ ਦੇ ਨਾਲ ਸ਼ਾਂਤ ਹੋ ਜਾਂਦਾ, ਪਰ ਜਿਵੇਂ ਹੀ ਬਾਹਰ ਨਿਕਲਦੇ ਨੇ ਤਾਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਸਰਪੰਚੀ ਚੋਣਾਂ ਦੇ ਲਈ ਵੋਟਿੰਗ ਹੋਣੀ ਹੈ ਤੇ ਨੋਮੀਨੇਸ਼ਨ ਦੀ ਤਰੀਕ ਜੋ ਹੈ ਉਹ ਲੰਘ ਚੁੱਕੀ ਹੈ ਤੇ ਇਸੇ ਵਿਚਕਾਰ ਹੁਣ ਜੋ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਫਾਰਮਾਂ ਦੀ, ਤੇ ਨਾਲ ਹੀ ਹੁਣ ਤਕਰਾਰ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਬੀਡੀਪੀਓ ਦਫ਼ਤਰ ਦੇ ਵਿੱਚ ਇਹ ਗੋਲੀ ਚੱਲੀ ਦੱਸੀ ਜਾ ਰਹੀ ਹੈ। ਮਤਲਬ ਅਸੀਂ ਤਾਂ ਮਾਰਕੀਟ ਮੀਟਿੰਗ ਰੂਟੀਨ ਸੀ ਜਿਵੇਂ ਲੋਕਾਂ ਨੂੰ ਮਿਲਦੇ ਆ ਪਬਲਿਕ ਨੂੰ, ਉਦੋਂ ਮੈਂ ਕਿਉਂਕਿ ਪੰਚਾਇਤੀ ਇਲੈਕਸ਼ਨ ਕਰਕੇ ਅੱਜ ਲਾਸਟ ਡੇਟ ਸੀ ਐਤਰਾਜ਼ ਦੀ ਜੀ, ਇੱਕਦਮ ਮੈਨੂੰ ਫੋਨ ਆਇਆ ਵੀ ਕਹਿੰਦੇ ਐਂ ਕਰਕੇ ਗੋਲੀ ਚੱਲ ਗਈ ਵੀਡੀਓ ਆਫਿਸ। ਅਸੀਂ ਉੱਥੇ ਮੈਂ ਕਹੋ ਜਿਹਾ ਕੀ ਕਹਿੰਦੇ ਮਨਦੀਪ 'ਤੇ ਗੋਲੀ ਵੱਜ ਗਈ, ਮਨਦੀਪ ਬਰਾੜ ਦੀ। ਅਸੀਂ ਉੱਥੋਂ ਬਾਹਰ ਨਿਕਲੇ ਹਾਂ ਤਾਂ ਮਨਦੀਪ ਨੂੰ ਲੈ ਕੇ ਸਿਵਲ ਹੋਸਪਿਟਲ ਆਈ ਜਾਂਦੇ ਸੀ, ਇੱਥੇ ਅੱਗੇ ਪਤਾ ਲੱਗਿਆ ਵੀ ਨੋਨੀ ਨੇ ਆਪ ਉਹਦੇ ਗੋਲੀ ਮਾਰੀ, ਛਾਤੀ 'ਚ ਇੱਥੇ ਉਹਦੇ ਗੋਲੀ ਲੱਗੀ ਹੈ, ਹਾਲੇ ਅੰਦਰ ਹੀ ਹੈ, ਔਰ ਇੱਕ ਸਾਡੇ ਹੋਰ ਬੱਚੇ 'ਤੇ ਗੋਲੀ ਲੱਗੀ ਹੈ। ਸੋ ਬੜੀ ਮੰਦਭਾਗੀ ਘਟਨਾ ਹੈ, ਜੇ ਐਡਾ ਗੁੱਸਾ ਥੋੜ੍ਹੇ ਜਿਹਾ ਬਾਹਲਾ ਆਇਆ ਤਾਂ ਤੁਸੀਂ ਉਹੀ ਸਿੱਧਾ ਸਾਡੇ ਨਾਲ ਕੱਢ ਲਓ, ਪਰ ਬਹੁਤ ਮਾੜੀ ਗੱਲ ਹੈ ਇਹੋ ਜਿਹਾ ਕੰਮ ਕਰਨਾ। ਇੱਕ ਪੰਚਾਇਤੀ ਇਲੈਕਸ਼ਨ ਤੁਹਾਡੀ ਜਾਨ ਨਿਕਲਦੀ ਹੈ, ਕੋਈ ਕਾਰਨ ਨਹੀਂ। ਅੱਜ ਤਰਾਜ ਤਰੂਜ ਸੀਗੇ, ਕਿਸੇ ਨੇ ਤਰਾਜ ਲਾਏ ਹੋਣੇ, ਕੋਈ ਹੋਇਆ ਹੋਣਾ, ਆਈ ਡੋਂਟ ਨੋ ਕੀ ਹੁਣ ਮਸਲਾ ਹੈ, ਕਿਉਂ ਬੀਡੀ ਦਫ਼ਤਰ ਘੰਟਾ ਹੋ ਕੇ ਬੈਠੇ। ਮੈਂ ਤਾਂ ਡਿਪਟੀ ਸਾਹਿਬ ਨੂੰ ਪੁੱਛਿਆ, ਕਹਿੰਦੇ ਮੈਂ ਗਿਆ ਸੀ ਉਦੋਂ ਉੱਥੇ ਬੈਠੇ ਸੀ ਬੀਡੀ ਸਾਹਿਬ ਕੋਲ, ਉੱਠ ਕੇ ਬਾਹਰ ਆਏ, ਉੱਥੇ ਇਹਨਾਂ ਦਾ ਕੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਬਾਅਦ 'ਚ ਪਤਾ ਲੱਗੂਗਾ, ਪਰ ਬਹੁਤ ਮੰਦਭਾਗੀ ਘਟਨਾ ਇਹੋ ਜਿਹੀ ਘਟਨਾ। ਉਹਨੀ ਮਾਂ ਨੇ ਗੋਲੀ ਚਲਾਈ, ਨਾਲ ਦਾ ਬੌਬੀ ਸੀ, ਵਾਈਫ ਹੈ, ਬਹੁਤ ਹੋਏ ਉੱਥੇ, ਉਹ ਦੋਨਾਂ ਦੇ ਬੇਟੇ ਸੀ, ਬਾਕੀ ਦੱਸਣਗੇ ਕੌਣ ਕੌਣ ਸੀ। ਹਾਲੇ ਤਾਂ ਯਕਦਮ ਥੋੜ੍ਹਾ ਬੋਲਦਾ ਭਰਾ ਸਕਦਾ, ਵਾਹਿਗੁਰੂ ਦੀ ਉਮਰ ਲੰਮੀ ਕਰੇ, ਕੋਈ ਮੁਸੀਬਤ ਵੀ ਨਾ ਆਵੇ, ਭਾਈ ਛੋਟ ਇਕੱਲਾ ਇਕੱਲਾ ਸਾਡਾ ਮੁੰਡਾ ਮਾਂ ਪਿਓ ਦਾ, ਫਾਦਰ ਉਹਦੇ ਡੈਥ ਹੋਈ। ਸੋ ਬਾਕੀ ਉਸ ਪਰਮਾਤਮਾ ਦੇ ਹੁੰਦੇ ਨੇ, ਸਰਪੰਚੀ ਦਾ ਕੈਂਡੀਡੇਟ ਸੀ ਦੀਪ ਬਰਾ ਮੰਦੀ ਡੀ ਐਮ ਸਿਰਫ ਇਹ ਹੈਗਾ ਕਿ ਜਿਹੜੀ ਅੱਜ ਦੀ ਸਕੂਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀਗੀ, ਬੜੀ ਪੀਸਫੁਲੀ ਦੇਖਿਆ ਤੁਸੀਂ, ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ। ਇਹ ਜਿਹੜਾ ਰੀਜ਼ਨ ਸੀ, ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉੱਥੇ, ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੋਨੀ ਮਾਨ ਅਤੇ ਉਹਦਾ ਬ੍ਰਦਰ ਅਤੇ ਬਾਕੀ ਹੋਰ ਜਾਣੇ ਜਿਹੜੇ ਹੈਗੇ ਆ ਆਏ, ਉਹਨਾਂ ਦਾ ਜਿਹੜਾ ਉੱਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੇ ਸੀਗੇ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ 'ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ, ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ, ਨਹੀਂ ਤਾਂ ਅਦਰਵਾਈਜ਼ ਕਾਗਜ਼ ਰੱਦ ਹੁੰਦੇ ਹੈਗੇ ਆ। ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ, ਵੀਡੀਓ ਨੇ ਉਹਨੂੰ ਇਹੀ ਗੱਲ ਕਹੀ ਹੈ ਵੀ ਠੀਕ ਹੈ ਅਸੀਂ ਸਟੱਡੀ ਕਰਾਂਗੇ, ਉਸ ਤੋਂ ਬਾਅਦ ਵੀ ਸੀ। ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ, ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ, ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ, ਉਹਨਾਂ ਦੇ ਨਾਲ ਬੰਦੇ ਸੀ ਅਤੇ ਇਹ ਜਿਹੜੇ ਹੈਗੇ 3-4 ਗੱਡੀਆਂ 'ਤੇ ਸੀਗੇ ਅਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹ ਨੋਨੀ 'ਤੇ ਫਾਇਰ ਕਰਤਾ। ਜਿਹੜਾ ਫਾਇਰ ਚੈਸਟ 'ਤੇ ਲੱਗਿਆ ਹੈਗਾ ਮਨਦੀਪ ਬਰਾੜ ਉਹਦਾ ਨਾਮ ਆ, ਉਹ ਕੈਂਡੀਡੇਟ ਸੀਗਾ ਅਤੇ ਉਹਦੇ ਜਿਹੜਾ ਹੈਗਾ
ਹੁਣ ਉਹਨੂੰ ਡੀ ਐਮ ਸੀ ਰੈਫਰ ਕਰਤਾ ਅਤੇ ਉੱਥੇ ਜਿਹੜਾ ਹੈਗਾ ਉਹ ਨੈਕਸਟ ਜਦੋਂ ਕੀ ਹਾਲਾਤ ਹੈਗੇ ਉੱਥੇ ਪਤਾ ਲੱਗੂਗਾ। ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ, ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕੜੀ ਕਰੀ ਜਾਊਗੀ। ਐਂਡ ਪਲੱਸ ਜਿਹੜਾ ਹੈਗਾ ਜਿਹਨੇ ਕੀਤਾ ਲੋਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਵੀਲ ਗੈਟ ਦਮ ਰੈਸਟ। ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ? ਗੋਲੀ ਜਿਹੜਾ ਹੈਗਾ ਇਹੀ ਪਤਾ ਲੱਗਿਆ, ਹੁਣ ਤਫਤੀਸ਼ ਕਰਾਂਗੇ ਵੀ ਨੋਨੀ ਮਾਨ ਐਂਡ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜਾ ਹੈਗਾ ਉੱਥੇ ਤੈਸ ਚਾ ਕੇ ਕੱਢ ਕੇ ਪਿਸਟਲ ਮਾਰਿਆ। ਸੀ ਸੀ ਟੀ ਵੀ ਕੈਮਰਾ ਆ ਜੂਗਾ। ਗੋਲੀ ਜਿਹੜੀ ਹੈਗੀ ਆ ਇੱਕੋ ਹੀ ਵੱਜੀ ਹੈ, ਨਾਲ ਇੱਕ ਹੋਰ ਬੰਦਾ ਸੀ ਮਨਦੀਪ ਰਾਮ ਦੇ ਜਿਹਦੇ ਸ਼ਰਰੇ ਹੋਏ ਆ। ਹਾਂਜੀ, ਕਿੰਨੇ ਰਾਊਂਡ ਫਾਇਰ ਟੋਟਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਵੀ ਸੀ ਉਹ ਦੇਖ ਰਹੇ ਹਾਂ ਵੀਡੀਓ, ਉਹਦੇ ਨਾਲ ਅਸੀਂ ਪੂਰਾ ਕਨਫਰਮ ਕਰ ਦਾਂਗੇ। ਰਾਈਟ ਟਾਈਮ 'ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿੰਨੇ ਹੋਇਆ, ਬਿਕੋਜ਼ ਇਹਦੇ 'ਚ ਜਿਹੜਾ ਹੈਗਾ ਉਹ ਗਲਤ ਇਨਫੋਰਮੇਸ਼ਨ ਹੋ ਜੂਗੀ। ਲੈਟ ਅਸ ਵੇਰੀਫਾਈ ਦ ਫੈਕਟਸ ਪ੍ਰੋਪਰਲੀ ਐਂਡ ਦੈਨ ਵੀ ਵਿਲ ਟੈਲ ਯੂ ਅਗੇਨ। ਦਿਸ ਇਜ਼ ਇਟ। ਥੈਂਕ ਯੂ।